ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਵੀ ਸਿਆਸੀ ਪਾਰਟੀ ਨੂੰ ਕਾਮਯਾਬੀ ਮਿਲਦੀ ਹੈ ਉਹ 5 ਸਾਲ ਸੱਤਾ 'ਚ ਰਹਿੰਦੀ ਹੈ। ਕਈ ਵਾਰ ਇਹ ਵੀ ਹੋ ਜਾਂਦਾ ਕਿ ਇੱਕ ਪਾਰਟੀ ਨੂੰ ਜਾਂ ਇੱਕ ਗਠਜੰਬੰਦਨ ਨੂੰ ਦੂਜੀ ਵਾਰੀ ਲਗਾਤਾਰ ਫੇਰ ਕਾਮਯਾਬੀ ਮਿਲੇ। ਕੁਝ ਇਹੋ ਜਿਹਾ ਹੀ ਹੋਇਆ 2012 'ਚ ਜਦੋਂ ਅਕਾਲੀ ਭਾਜਪਾ ਨੂੰ ਦੂਜੀ ਵਾਰੀ ਸੱਤਾ 'ਚ ਆਉਣ ਦਾ ਮੌਕਾ ਮਿਲਿਆ। ਜ਼ਾਹਿਰ ਹੈ ਕਿ ਲੋਕਾਂ ਦੀ ਜਿਹੜੀ ਆਸ ਹੈ ਉਹ ਬਹੁਤ ਵੱਧ ਜਾਂਦੀ ਹੈ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਬਹੁਤ ਜ਼ਿਆਦਾ ਸੁਧਾਰ ਹੋ ਰਾਜ ਦੀ ਤਰੱਕੀ ਹੋ ਹੁਣ ਅਕਾਲੀ ਭਾਜਪਾ ਸਰਕਾਰ ਨੂੰ 2.5 ਸਾਲ ਹੋ ਗਿਆ ਕਿ ਉਹ ਦੁਜੀ ਵਾਰੀ ਸੱਤਾ ਚਾਹੀ ਸੀ ਸੋ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ ਐਂਜੇ ਲੱਗਦਾ ਕਿ ਹਾਲੀ ਤੱਕ ਉਹਨਾਂ ਦੀ ਕਾਮਯਾਬੀ ਜਿਹੜੀ ਆ ਉਹ ਕੋਈ ਬਹੁਤੀ ਨਜ਼ਰ ਨਹੀਂ ਆ ਰਹੀ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਕਾਫੀ ਨਿਰਾਸ਼ਾਜਨਕ ਜੀ ਰਹੀ ਉਹਨਾਂ ਦੇ ਜੇ ਕਾਡਰ ਨੂੰ ਪੁੱਛ ਲੋ ਉਹ ਵੀ ਇਹੀ ਜਾਂਦੇ ਆ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਦੇ ਖੈਰ ਕਹਿਣਾ ਹੀ ਆ ਮੀਡੀਆ 'ਚ ਵੀ ਜਿਹੜੀਆਂ ਰਿਪੋਰਟਸ ਆ ਰਹੀਆਂ ਉੱਥੇ ਉਹੀ ਲੱਗ ਰਿਹਾ ਵੀ ਜਿਹੋ ਜੀ ਕਾਰਗੁਜ਼ਾਰੀ ਲੋਕੀ ਚਾਹੁੰਦੇ ਸੀ ਉਹੋ ਜੀ ਲੋਕਾਂ ਨੂੰ ਨਹੀਂ ਮਿਲੀ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਖਾਸ ਕਰਕੇ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਹੈ ਇਨਫੈਕਟ ਯੂ نو 2.5 ਸਾਲ ਪੂਰੇ ਹੋਏ ਤੇ ਨਾਰਮਲੀ ਐਕਸਪੈਕਟ ਕਰਦਾ ਸੀ ਵੀ ਜਸ਼ਨ ਮਨਾਏ ਜਾਣਗੇ ਫੰਕਸ਼ਨ ਕੀਤੇ ਜਾਣਗੇ ਉਹ ਵੀ ਐ ਸਰਕਾਰ ਨੇ ਨਹੀਂ ਕੀਤੇ ਇਸ ਕਰਕੇ ਸ਼ਾਇਦ ਵੀ ਕੁਝ ਬਹੁਤ ਹੀ ਗੱਲ ਕਰਨ ਨੂੰ ਹੈ ਹੀ ਨਹੀਂ ਸੀ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਤੁਹਾਡੀ ਕਾਰਗੁਜ਼ਾਰੀ 25 ਸਾਲਾਂ ਦੀ ਕਿਹੋ ਜਿਹੀ ਰਹੀ ਤਾਂ ਉਹਨਾਂ ਕਿਹਾ ਜੀ ਬਹੁਤ ਵਧੀਆ ਰਹੀ ਕਿਉਂਕਿ ਅਸੀਂ ਅਮਨ ਸ਼ਾਂਤੀ ਬਣਾਈ ਰੱਖੀ ਹੈ ਮੇਰਾ ਖਿਆਲ ਹੈ ਅਮਨ ਸ਼ਾਂਤੀ ਤੇ ਕਾਫੀ ਧੀਰ ਦੀ ਸਰਕਾਰ ਰਾਜ ਦੇ ਵਿੱਚ ਬਣੀ ਆ ਔਰ ਵੈਸੇ ਵੀ ਅਮਨ ਸ਼ਾਂਤੀ ਜਿਹੜੀ ਹੈ ਬੇਸਿਕ ਜਿਹੜਾ ਵਾ ਜ਼ਿੰਮੇਵਾਰੀ ਹੋ ਜਾਂਦੀ ਹੈ ਹਰ ਸਰਕਾਰ ਦੀ ਸੋ ਇਹਨੂੰ ਆਪਾਂ ਬਹੁਤੀ ਤਰੱਕੀ ਨਹੀਂ ਕਹਿੰਦੇ ਉਦਾਂ ਆਰਥਿਕ ਤੌਰ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣੀਆਂ ਜਿਹੜੀਆਂ ਜਾਇਦਾਦਾਂ ਮ ਉਹ ਵੇਚ ਕੇ ਆਪਣਾ ਕੰਮ ਚਲਾ ਰਹੀ ਆ ਅਗਰੀਕਲਚਰ ਇਹ ਜਿਹੜੀ ਅਕਾਲੀ ਦਲ ਆ ਇਹ ਬੇਸਿਕਲੀ ਜ਼ਿਮੀਦਾਰਾਂ ਦੀ ਪਾਰਟੀ ਮੰਨੀ ਜਾਂਦੀ ਹੈ ਪਰ ਜ਼ਿਮੀਦਾਰ ਵੀ ਅਰਸਲੇ ਸਰਕਾਂ ਤੇ ਉਤਰੇ ਆ ਵੀ ਮੁਜ਼ਾਰੇ ਕਰ ਰਹੇ ਆ ਆਰਥਿਕ ਤੌਰ ਤੇ ਇੰਡਸਟਰੀਅਲ ਸੈਕਟਰ ਦੇ ਵਿੱਚ ਵੀ ਕੋਈ ਬਹੁਤੀ ਜਿਹੋ ਜੀ ਇਨਵੈਸਟਮੈਂਟ ਨਿਵੇਸ਼ ਐਕਸਪੈਕਟਿਡ ਸੀ ਉਹ ਜ ਨਹੀਂ ਆਇਆ ਇਨਫੈਕਟ ਜਿਹੜੇ ਕਈ ਇੰਡਸਟਰੀਜ਼ ਐ ਤੇ ਉਹ ਵੀ ਜੇ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਬਾਹਰ ਜਾਣ ਜਾ ਰਹੀਆਂ ਨੇ ਸੋ ਇਸ ਕਰਕੇ ਕਰਮਚਾਰੀ ਵੀ ਨਿਰਾਸ਼ ਆ ਜਿਹੜੇ ਐਨਆਰਆਈਸ ਆ ਉਹ ਖਾਸ ਕਰਕੇ ਤਾਂ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਦੀਆਂ ਜਿੰਨੀ ਜਾਇਦਾਦਾਂ ਪ੍ਰੋਪਰਟੀਆਂ ਜਿਹੜੀਆਂ ਵਾ ਉਹ ਖੜਪੀਆਂ ਜਾ ਰਹੀਆਂ ਨੇ ਇਹ ਇਹੋ ਜਿਹਾ ਇਹੋ ਜੀ ਕਾਰਗੁਜ਼ਾਰੀ ਕਿਉਂ ਹੋਈ ਮੇਰਾ ਖਿਆਲ ਹੈ ਸਰਕਾਰ ਨੂੰ ਚਾਹੀਦਾ ਵਾ ਕਿ ਉਹ ਬੈਠ ਕੇ ਵਿਚਾਰ ਕਰਨ ਕਿ ਕੀ ਕੀਤਾ ਜਾ ਸਕਦਾ ਅਗਲੇ 25 ਸਾਲਾਂ ਦੇ ਵਿੱਚ ਕਿ ਲੋਕਾਂ ਨੂੰ ਲੱਗੇ ਵੀ ਵਾਕਈ ਅਸੀਂ ਠੀਕ ਫੈਸਲੇ ਲਏ ਅਸੀਂ 2012 ਜਦੋਂ ਇਸ ਗਠਬੰਧ ਨੂੰ ਅਸੀਂ ਦੁਬਾਰਾ ਸੱਤਾ ਦੇ ਵਿੱਚ ਲੀੰਦਾ ਸੀ ਸਭ ਤੋਂ ਪਹਿਲਾਂ ਤੇ ਮੇਰੇ ਖਿਆਲ ਲੋੜ ਆ ਇਹ ਫੈਸਲਾ ਕਰਨ ਦੀ ਵੀ ਸਟੇਟ ਦਾ ਲੀਡਰ ਕੌਣ ਹੋਊਗਾ ਇਸ ਵੇਲੇ ਨਜ਼ਰੇ ਆ ਰਿਹਾ ਵਾਪੀ ਇੱਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੂਜੇ ਪਾਸੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਉਹਨਾਂ ਦੋਵਾਂ ਦੀ ਜਿਹੜੀ ਕੰਮ ਕਰਨ ਦਾ ਢੰਗ ਤਰੀਕਾ ਕਾਰਗੁਜ਼ਾਰੀ ਜਿਹੜੀ ਆ ਬਿਲਕੁਲ ਵੱਖਰੀ ਆ ਇੱਕ ਜਿਹੜੀ ਆ ਉਹ ਪੁਰਾਣੇ ਤਰੀਕੇ ਨਾਲ ਚੱਲਦੇ ਦੂਜੇ ਜਿਹੜੇ ਆ ਉਹ ਸ਼ਾਇਦ ਜ਼ਿਆਦਾ ਹੀ ਮਾਡਰਨ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਇਨ ਫੈਕਟ ਜਿਹੜੇ ਮਨਿਸਟਰ ਆ ਐਮ ਐਲ ਏ ਜ਼ਿਆ ਸਰਕਾਰੀ ਅਫਸਰ ਵੀ ਆ ਉਹ ਵੀ ਕਨਫਿਊਜ਼ਡ ਆ ਕਿ ਸਟੇਟ ਦਾ ਲੀਡਰ ਕੌਣ ਆ ਸੋ ਪਹਿਲਾਂ ਉਹਦੇ ਲੀਡਰਸ਼ਿਪ ਇਸ਼ੂ ਜਿਹੜਾ ਵਾ ਉਹਦੇ ਤੇ ਕਲੈਰਿਟੀ ਲਿਆਉਣ ਦੀ ਲੋੜ ਆ ਜੇ ਪ੍ਰਕਾਸ਼ ਸਿੰਘ ਬਾਦਲ ਆਪ ਮੁੱਖ ਮੰਤਰੀ ਰਹਿਣਾ ਚਾਹੁੰਦੇ ਆ ਤੇ ਮੇਰੇ ਖਿਆਲ ਸੁਪੀਰ ਸਿੰਘ ਬਾਦਲ ਨੂੰ ਸਿਰਫ ਤੇ ਸਿਰਫ ਅਕਾਲੀ ਦਲ ਦੀ ਪ੍ਰਧਾਨਗੀ ਦੇਣ ਔਰ ਜੇ ਸੁਪੀਰ ਸਿੰਘ ਬਾਦਲ ਨੂੰ ਜਿਹੜੀ ਬਾਗਡੋਰ ਆ ਫੜਾਉਣੀ ਆ ਤੇ ਫਿਰ ਮੇਰੇ ਖਿਆਲ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਪਿੱਛੇ ਹਟ ਕੇ ਉਹਨਾਂ ਨੂੰ ਚਾਹੀਦਾ ਆ ਕਿ ਉਹ ਜਿਹੜੀ ਕਾਲੀ ਦਲਿਆ ਉਹਦੀ ਪ੍ਰਧਾਨਗੀ ਆਪ ਲੈ ਜਾਣ। ਇਹ ਬੜੀ ਕਲੈਰਿਟੀ ਬਹੁਤ ਜ਼ਰੂਰੀ ਹੈ ਜੇ ਕਲੈਰਿਟੀ ਨਹੀਂ ਹੋਊਗੀ ਤੇ ਮੇਰੇ ਖਿਆਲ ਇਸੇ ਤਰ੍ਹਾਂ ਹੀ ਜਿਹੜਾ ਕੰਮਕਾਜ ਚੱਲਦਾ ਰਹੂ ਔਰ ਲੋਕਾਂ ਨੂੰ ਕੋਈ ਬਹੁਤਾ ਨਾ ਲੋਕਾਂ ਨੂੰ ਬਹੁਤੀ ਫਿਰ ਆਸ ਹੀ ਰਹਿ ਗਈ ਹੈ ਹੁਣ ਔਰ ਨਾ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਕੋਈ ਬਹੁਤਾ ਸੁਧਾਰ ਆ ਸਕੂਗਾ।